ਬੱਲੂ ਆਪੋ ਪਿੰਡ ਬਾਣੀ ਚ ਖੜਿਆ ਆਪਣੇ ਭਰਾ ਰੇਸ਼ਮ ਕੋਲੇ ਤੇ ਜਿਹੜਾ ਬਾਈ ਦਾ ਸਾਨੂੰ ਪਤਾ ਹੀ ਆ ਬਠਿੰਡਾ ਮੇਰੇ ਏਰੀਏ ਦਾ ਗਵਾਂਢੀ ਪਿੰਡਾਂ ਦਾ ਆ ਗਿਆ ਬਹੁਤ ਸਵਾਗਤ ਹੈ ਬਾਈ ਰੇਸ਼ਮ ਧੰਨਵਾਦ ਬਾਈ ਤੁਹਾਡਾ ਵੀ ਆਪਣੇ ਕੋਲ ਪਹੁੰਚਣ ਲਈ ਅੱਛੂ ਕੀ ਜੀ ਦਿਨਾਂ ਦੀ ਵਾਹਵਾ ਹੋ ਗਈ ਹੈ ਨਾ ਹਾਂ ਇਹ ਚੰਗੀ ਬਣ ਗਈ ਚੰਗੀ ਬਣੂ ਬਾਈ ਚੰਗੀ ਬਣ ਗਈ ਬਾਈ ਹਾਂ ਬਾਕੀ ਭੌਰੀਆਂ ਪੂਰੀਆਂ ਬਣੀਆਂ ਚੰਗੀਆਂ ਹਾਂ ਭਾਗ ਬਹੁਤ ਉੱਚਾ ਹੈ ਨਾ ਹਾਂ ਭਾਗ ਬਹੁਤ ਉੱਚਾ ਹੈ ਹੂੰ ਤੇ ਇਹ ਕਿਹੜੇ ਘੋੜੇ ਦੀ ਬੱਚੀ ਆ ਰੇਸ਼ਮ ਬਾਈ ਇਹ ਆਪਣੇ ਕੋਲੇ ਬਾਦਲ ਘੋੜਾਈ ਬਈ ਹੋਰ ਵਾਲੇ ਵੱਡੇ ਦਾ ਠੀਕ ਆ ਬਾਈ ਉਹਦੀ ਆ ਉਹਦੀ ਬੱਚੀ ਹੈ ਨੁਕਰਾ ਬਾਦਲ ਨੂੰ ਗ੍ਰਬਾ ਬੱਤਿਆ ਉਹਦੀ ਬੱਚੀ ਆ ਬਸ਼ੇਰੀ ਆਈ ਹੈ ਹਾਂ ਬਸ਼ੇਰੀ ਆ ਬਈ ਯਾਰ ਬਈ ਧੌਣ ਦੇਖੀ ਜਮਾ ਉਹ ਆਪਣਾ ਪੇਰਾ ਕੋੜਾ ਮਹਾਰਾਣਾ ਹਾਂ ਉਹਦੀ ਆ ਨਾ ਜਿਵੇਂ ਆਏ ਹਾਂ ਜਦੋਂ ਉਹ ਖੜਦੀ ਐ ਖੜ ਨਹੀਂ ਖੁੜਨੀ ਚੰਗੀ ਐ ਖੜ ਨਹੀਂ ਖੁੜਨੀ ਬਹੁਤ ਚੰਗੀ ਆ ਬਾਕੀ ਬਈ ਲੈਂਥ ਲੁੰਥ ਲੱਗਦਾ ਇਹ ਖਾਸੀ ਲੈ ਕੇ ਜਾਊਗੀ ਹਾਂ ਹਾਂ ਪੂਰੀ ਪੂਰੀ ਦੇਖ ਦੇਖ ਤੜਾਫ ਦੀ ਪੂਰੀ ਆਇ ਨਾ ਕਰ ਬੂਗੜੀਏ ਪੱਜ ਨਾ ਤੂੰ ਤਲ ਫਿਰਦੀ ਰਹਿੰਦੇ ਇਹਨੂੰ ਰੇਸ਼ਮਾ ਹਾਂ ਲੈ ਘੋੜੀ ਫੜੀ ਮੜੀ ਜੀ ਤੇ ਮੜੀ ਆਪਾਂ ਘੋੜੀ ਦੀ ਵੀ ਡਿਟੇਲ ਦੱਸ ਦਗੇ ਇਹ ਆਪਣੇ ਕੋਲੇ ਮਾਂ ਮਾਂ ਧੀਆ ਦੋਨੇ ਸੇਲ ਵਾਸਤੇ ਹਾਂ ਦੋਨੇ ਸੇਲ ਵਾਸਤੇ ਆ ਬਾਈ ਤੇ ਹੋਰ ਵੀ ਆ ਗਈ ਜਾਨਵਰ ਸੇਲ ਹਾਂ ਇੱਕ ਕਾਲੀ ਘੋੜੀ ਆ ਗਈ ਇੱਕ ਘੋੜੀ ਅੱਜ ਸੇਲ ਹੋ ਗਈ ਇੱਕ ਕਪੜੀ ਤੁਸੀਂ ਆਇਆ ਕਿਹੜੀ ਜਗ੍ਹਾ ਤੁਸੀਂ ਬਾਈ ਉਹ ਬਠਿੰਡੇ ਤੋਂ ਸੀਗੇ ਬਾਈ ਉਹ ਬਠਿੰਡੇ ਤੋਂ ਆਪਣੇ ਏਰੀਆ ਦੇ ਬਠਿੰਡੇ ਤੋਂ ਹੀ ਦੋਸਤੋ ਅੱਜ ਤੁਹਾਨੂੰ ਚੱਲਦੀ ਵੀਡੀਓ 'ਚ ਬਾਈ ਨਾ ਮੈਨੂੰ ਕਹਿੰਦਾ ਕਹਿੰਦਾ ਆਪਣੇ ਕੋਲੇ ਤਿੰਨ ਘੋੜੀਆਂ ਆ ਗਈਆਂ ਤੇ ਕਹਿੰਦਾ ਯਾਰ ਵੀਡੀਓ ਕਰਦੇ ਆ ਮੈਂ ਘਰੇ ਵੀਡੀਓ ਕਰਨ ਆਇਆ ਤੇ ਮੇਰੇ ਆਉਂਦੇ ਨੂੰ ਇੱਕ ਬੜਕਾ ਹੀ ਵਧੀਆ ਹਾਂ ਹਾਂ ਬੱਦਦਾ ਕਰੀ ਬਟੇ ਵਧੀਆ ਹੋ ਗਿਆ ਬਾਈ ਇਹਨੇ ਪਹਿਲਾਂ ਹੀ ਹੋ ਗਿਆ ਹਾਂ ਬਾਕੀ ਉਹ ਵੀ ਬੰਦੇ ਯਾਰ ਚੱਲ ਉਹਨਾਂ ਦੀ ਹੋਣੀ ਸੀ ਵਿਚਾਰਾਂ ਦਾ ਅੰਜਲ ਸੀ ਨਾ ਵੀਡੀਓ ਉਹਨਾਂ ਦੀ ਹੋਣੀ ਸੀ ਬੰਦੇ ਉਹ ਵੀ ਦਿਲਦਾਰ ਬੰਦੇ ਬਹੁਤ ਵਧੀਆ ਬੰਦੇ ਆ ਨਵੇਂ ਬੰਦੇ ਆ ਕੋੜੀ ਚੰਗੀ ਮਿਲ ਗਈ ਉਹਨਾਂ ਨੂੰ ਜੇ ਮੈਨੂੰ ਕਹਿੰਦੇ ਨਾ ਕਹਿੰਦੇ ਤੇਰੀਆਂ ਵੀਡੀਓ ਦੇਖ ਦੇ ਕੇ ਬਾਈ ਕਹਿੰਦੇ ਯਾਰ ਸ਼ੌਂਕ ਹਾਂ ਕਹਿੰਦੇ ਸ਼ੌਂਕ ਮੈਨਾਂ ਕੀੜਾ ਅੰਦਰ ਬਣ ਗਿਆ ਆਂਦੇ ਸੀ ਕਹਿੰਦੇ ਆ ਚੈਨਲ ਵਾਲਾ ਤਾਂ ਅੱਜ ਮੌਕੇ ਤੇ ਆ ਗਿਆ ਤੇ ਬਾਈ ਆਹ ਘੋੜੀ ਦੀ ਡਿਟੇਲ ਆਪਾਂ ਦੱਸੀਏ ਕਿੰਨੇ ਟਾਈਮ ਦੀ ਇਹ ਬਾਈ 7 ਕ ਸਾਲ ਦੀ ਹੋਗੀ ਠੀਕ ਆ ਬਾਈ ਕੰਮ ਰੇਸ਼ਮ ਬਾਈ ਇਹ ਬਾਈ ਦੂਜੀ ਹੀ ਸੂਆ ਸੂਈ ਐ ਆ ਦੂਜੀ ਸੂਏ ਦੀ ਪਿਛਲੇ ਸਾਲ ਆਪਣੇ ਕੋਲੇ ਬਿਸ਼ੇਰੀ ਸੀਗੀ ਕਿੰਗ ਦੀ ਸਣੀ ਦਰਾਹੇ ਵਾਲੇ ਦੀ ਉਹ ਆਪਾਂ ਸੇਲ ਕਰਤੀ ਸੀਗੀ 7 ਪਿਛਲੇ ਵਾਲੀ ਬਿਸ਼ੇਰੀ ਨੁਗਰੀ ਸੀ ਉਹ ਬਾਈ ਸੀਗੀ 골ਡਨ ਕਰਮੈਲੋ ਕਲਰ ਆ ਠੀਕ ਆ ਬਾਈ ਮਤਲਬ ਨੁਕਰੀ ਯਾਰ ਕੀ ਸੀ ਗੈਰੀਕੂਲਾ ਕਿ ਕਿਹੜਾ ਕਹ ਦਿੰਦੇ ਕਰਮੈਲੋ ਨਾ ਕਰਮੈਲੋ ਥੱਲੇ ਉਹ ਗੁਲਾਬੀ ਸੀ ਸਾਰੀ ਠੀਕ ਆ ਬਾਈ ਹਾਂ ਨੁਕਰੀ ਵਾਂਗੂ ਦਿਖਦੀ ਸੀ ਤੇਰੀ ਹਾਈਟ ਕਿੰਨੀ ਰਸ਼ਮ ਬਾਈ ਇਹਦੀ ਬਾਈ 61 ਇੰਚ ਆ 61 ਇੰਚ ਇਹਦੀ ਹਾਈਟ ਆ ਤੋਰਾ ਪੂਰਾ ਬਾਈ ਵੱਡਾ ਛੋਟਾ ਤੋਰਾ ਹੈਗਾ ਛੋਟਾ ਤੋਰਾ ਤੋਰੀ ਆ ਜਣੀ ਆਪਾਂ ਫਿਰ ਤੋਰੀ ਨਹੀਂ ਆ ਵੱਡੀ ਨਹੀਂ ਤੋਰੀ ਠੀਕ ਆ ਬਈ ਪੌਰੀਆਂ ਗੰਮਗੇਰ ਦੀ ਉਹ ਪੌਰੀਆਂ ਦੀ ਸਾਫ ਆ ਦੇਮ ਮਨ ਹੈਗਾ ਇਹਦੇ ਮੱਥੇ ਵਾਲੀ ਪੌਰੀ ਵੀ ਬੱਚਿਆਂ ਦੀ ਉੱਚੀ ਆਉਂਦੀ ਐ ਠੀਕ ਆ ਬਾਕੀ ਦੋ ਸੂਏ ਸੂਈਆਂ ਦੋਨੇ ਸੂਏ ਬਛੇਰੀਂ ਗਈਆਂ ਦੋਨੇ ਸੂਏ ਬਛੇਰੀਂ ਗਈਆਂ ਤੇ ਸਲੇਜ ਹੀ ਰਹਿ ਗਈ ਸੀ ਕਿੰਨੇ ਟਾਈਮ ਦੀ ਹੋ ਗਈ ਬਛੇਰੀ ਇਹ ਤੇ ਮਗਰ ਬਈ 24 ਦਿਨਾਂ ਦੀ ਹੋਈ ਐ ਬਈ 24 ਦਿਨਾਂ ਦੀ ਹੋਈ ਆ ਸਲੇਜ ਚ ਮਲਾਤੀ ਦੁਬਾਰਾ ਆਪਾਂ ਠੀਕ ਆ ਬਈ ਤੇ ਇਹ ਆਪਣੇ ਹੁਣ ਸਲੇਜ ਚ ਮਲਾਤੀ ਕਿਹੜੇ ਕੋੜੇ ਤੋਂ ਬਈ ਇਹ ਆਪਣੇ ਪ੍ਰਿੰਸ ਤੋਂ ਪ੍ਰਿੰਸ ਤੋਂ ਹਾਂ ਨੁਕਰੇ ਘੁੜ ਤੋਂ ਪ੍ਰਿੰਸ ਤੋਂ ਪ੍ਰਿੰਸ ਨਹੀਂ ਨਹੀਂ ਪ੍ਰਿੰਸ ਜਿਹੜਾ ਕਾਲਾ ਆਪਣਾ ਓਹ ਠੀਕ ਆ ਬਈ ਹੋ ਜੀ ਕੋਈ ਫੌਜੀ ਦਾ ਬੱਚਾ ਹਾਂ ਅੱਗੇ ਆਪਣਾ ਫੌਜੀ ਆ ਗਿਆ ਮੱਧੂ ਕੀ ਲੈ ਹਾਂ ਹਾਂ ਮੱਧੂ ਕੀ ਲੈ ਹਾਂ ਤੇ ਘੋੜਾ ਦੋਸਤੋ ਉਹ ਵੀ ਮੈਂ ਤੁਹਾਨੂੰ ਫੋਟੋ ਲਾ ਦਿੰਦਾ ਤੇ ਘੋੜਾ ਬੜਾ ਚੰਗਾ ਉਸ ਘੋੜੇ ਤੋਂ ਇਹ ਗੱਬਣਾ ਕਿੰਨੇ ਦਿਨ ਹੋ ਗਏ ਬਾਈ ਇਹਨੂੰ ਬਾਈ ਹੋ ਗਏ ਮੰਨ ਲਓ ਵੀ ਸਿਲੇ ਚ ਮਿਲੀ ਹੈ 11ਵੇਂ ਤੇ 13ਵੇਂ ਮੈਂ ਗੱਬਣ ਕਹਦਾ ਗੱਬਣ ਕਿਥੋਂ ਹੋ ਗਈ ਆਲੇ ਗੱਬਣ ਹੀ ਹੋ ਗਈ ਮੰਨ ਲਾ ਚੱਲ ਤੇਰੇ ਬੋਲ ਰੱਖ ਲੈ ਇਹਨੂੰ ਮੰਨ ਲਾ ਜਦੋਂ ਵੀ ਸਲੇਜ ਚ ਤਾਂ ਬਈ ਪਿਛਲੀ ਯਾਰੀ ਵੀ ਸਲੇਜ ਹੀ ਰਹੀ ਹੈ ਹਾਂ ਇਹ ਬੱਚਾ ਵੀ ਸਲੇਜ ਹੀ ਸੂਈ ਹੈ ਸਲੇਜ ਦਾ ਹੀ ਸੂਈ ਹੈ ਹੂੰ ਇਹ ਵੀ ਸਲੇਜ ਹੀ ਸੂਈ ਸੀ ਤੇ ਹੁਣ ਵੀ ਸਲੇਜ ਚ ਘੋਲ ਕਰਾਤੀ ਹਾਂ ਹਾਂ ਹੁਣ ਵੀ ਕਰਾ ਦੇ ਇਹ ਬਈ ਮੁੱਲ ਪਾ ਫਿਰ ਦਾ ਇਹਦਾ ਕਰ ਲਾਂਗੇ ਬਈ ਕਰ ਲਾਂਗੇ ਗਾਈ ਦਾ ਆਪਾਂ ਪਹਿਲਾਂ ਵੀ ਦੱਸਿਆ ਆ ਦੱਸਿਆ ਪਹਿਲਾਂ ਪਰ ਆ ਕਰ ਲਾਂਗੇ ਬਾਕੀ ਬਾਈ ਬਨ ਗੱਟ ਬਨ ਫਰੀ ਵਾਲਾ ਕੰਮ ਆ ਗੇ ਬੁਛੇਰੀ ਤੰਨੇ ਹੋ ਜਾਣਗੇ ਬਈ 10 ਦਿਨਾਂ ਨੂੰ ਚੈੱਕ ਹੋ ਜਾਣੀ ਹੈ ਘੋੜੀ 10 ਦਿਨ ਤੰਨੇ ਹੋ ਜਾਣਗੇ ਬਾਕੀ ਸਲੇਜ ਚ ਰਹਿੰਦੀ ਆ ਨਾ ਸਲੇਜ ਚ ਰਹਿੰਦੀ ਆ ਬਾਕੀ ਬਈ ਦਾ 15 ਦਿਨਾਂ ਤੱਕ ਚੈੱਕ ਹੋ ਜੂਗਾ ਹਾਂ ਬਾਕੀ ਜੇ ਕੋਈ ਲੈਂਦਾ ਭਰਾ ਜੇ ਬਾਈ ਜਾਂਸ ਕੋੜੀ ਖਾਲੀ ਨਿਕਲਦੀ ਹੈ ਨਾ ਤਾਂ ਕੋੜਾ ਆਪਾਂ ਫਰੀ ਛੱਡ ਦਾਂਗੇ ਕੋਈ ਫੋਟਾ ਫਰੀ ਛੱਡ ਦਮ ਕੋਰੇ ਦੀ ਕੋਈ ਭਾਵੇਂ ਨੌਕਰੇ ਤੋਂ ਮਲਾ ਲੈ ਭਾਵੇਂ ਉਹ ਤੋਂ ਕਾਲੇ ਤੋਂ ਮੱਜੂ ਗਾਲੇ ਤੋਂ ਮਲਾ ਲੈ ਪ੍ਰਿੰਸ ਤੋਂ ਵੈਸੇ ਸਾਨੂੰ ਐ ਸੀ ਵੀ ਮਾਰਵਾੜੀ ਤੋਂ ਬੱਚਾ ਆਮ ਵਾਲਾ ਸੌਰੀ ਮੱਜੂ ਕੀ ਲੈਣ ਤਾਂ ਬੱਚਾ ਵਧੀਆ ਦੇਊਗੀ ਵਧੀਆ ਦੇ ਦਊਗੀ ਬਾਕੀ ਬਾਈ ਸੀਲ ਸੂਲ ਬਹੁਤ ਹਾਂ ਹਾਂ ਸਾਊ ਆ ਬਾਈ ਕੋੜੀ ਨਹੀਂ ਆਏ ਬੱਚੇ ਕਰਕੇ ਕੇਰਾ ਸੂਈ ਸੂਈ ਕੂੜੀ ਬਹੁਤ ਕਰਦੀ ਹੁੰਦੀ ਆ ਤੇ ਇਹਦੇ ਜੋ ਹਰਜਾ ਮਤਲਬ ਐਟੀਟਿਊਡ ਹੈ ਨਹੀਂ ਹਨਾ ਉਹ ਵੀ ਨਹੀਂ ਕਰਦੀ ਤੇ ਬਾਕੀ ਬਾਈ ਬਿਲਕੁਲ ਮੁੱਲ ਪਾ ਫੋਨ ਤੇ ਹੋ ਜਾਊਗਾ ਗਾਰਡਨ ਚ ਬਾਈ ਨੇ ਹਾਈਟ ਜੋ ਕੋਈ ਵੀ ਭਰਾ ਜੇ ਕਰ ਲੈਣਾ ਚਾਹੁੰਦਾ ਬਾਈ ਦਾ ਫੋਨ ਕਰ ਸਕਦਾ ਸੰਬਾ ਸੰਬਾ ਦੀ ਘੂੜੀ ਬੜੀ ਮਜ਼ਬੂਤ ਆ ਪੂਰੀ ਸਾਫ ਆ ਜੇ ਬੜੇ ਕੋਈ ਕਾਲੀ ਲਿਆ ਹੁਣ ਕਾਲੀ ਵੀ ਦਿਖਾਦ ਕੇ ਲੱਗਦੇ ਹੱਥੀ ਤੇ ਉਸ ਤੋਂ ਬਾਅਦ ਇੱਕ ਆਈ ਆ ਹਨਾ ਹਾਂ ਬਾਈ ਲੈ ਲੈ ਬਾਈ ਉਰ ਫੜਾ ਲੈ ਤੇ ਇਹ ਇਹ ਬਾਈ ਕਦੋਂ ਲਿਆਂਦੀ ਸੀ ਕਿੰਨੇ ਦਿਨ ਹੋ ਗਏ ਰਿਸ਼ਮਣ ਨੂੰ ਇਹਨੂੰ ਬਾਈ 20 ਕਿ ਦਿਨ ਹੋਇਆ ਇਹਨੂੰ ਹੂੰ ਇਹ ਆਪਣੇ ਪ੍ਰਿੰਸ ਤੋਂ ਹੀ ਮਲਾਦੀ ਇਹਨੂੰ ਪ੍ਰਿੰਸ ਤੋਂ ਮਲਾਦੀ ਹਾਂ ਤੇ ਕਿੰਨੇ ਟਾਈਮ ਦੀ ਆ ਇਹ ਇਹ 6 ਸਾਲ ਦੀ ਆ ਬਾਈ ਹਜੇ 6 ਸਾਲ ਦੀ ਆ ਹਾਈਟ ਵਗੈਰਾ ਬਾਈ ਰਿਸ਼ਮ ਦੀ ਹਾਈਟ ਦੇ 58 ਪਲੱਸ ਆ ਬਾਈ 58 ਇੰਚ ਹਾਂ ਤੇ ਚਲ ਚਲ ਬਈ ਵਧੀਆ ਚੱਲ ਚਾਲ ਤੁਰਦੀ ਆ ਬੱਚੇ ਬੂਚੇ ਵਹਾ ਕੇ ਆਪਣੇ ਦਾ ਬੱਚੇ ਲਈ ਫਿਰਦੇ ਇਹਨੂੰ ਠੀਕ ਆ ਬਈ ਬੱਚੇ ਲਈ ਫਿਰਦੇ ਕੰਨ ਕਨਉਤੀ ਦੀ ਬਹੁਤ ਚੰਗੀ ਆ ਕੰਨ ਜਮਾ ਪ੍ਰਿੰਸ ਨਾਲ ਦਾ ਹੀ ਕੰਨ ਆ ਹਾਂ ਹਾਂ ਕੰਨ ਕੁਨ ਦੀ ਕੀਨ ਆ ਬਈ ਬਰੀਕੀ ਹੈਗੀ ਘੋੜੀ ਚ ਬਾਕੀ ਕਿਵੇਂ ਆ ਘੋੜੀ ਬਾਲੀ ਆ ਇਹ ਹਾਏ ਬਾਲੀ ਆ ਬਈ ਇਹਦਾ ਬਹੁਤ ਜਾਇਜ਼ ਰੇਟ ਚ ਹੈ ਹੂੰ ਜੱਜ ਰੇਟ ਚਾਪਾ ਮਾਲਾ ਇੰਨੀ ਕੁ ਮਾਰਵਾੜੀ ਘੋੜਿਆਂ ਦੀ ਫੀਸ ਹੀ ਲੈ ਲੈਂਦੇ ਲੋਗ ਜਮਾ ਜਾਏਗਾ ਜੀ ਘੋੜਿਆਂ ਦੀ ਫੀਸ ਆ ਮਤਲਬ ਉਹਨੇ ਇੱਕ ਪਾ ਦੀ ਆ ਕੀ ਮੁੱਲ ਜੇ ਦੱਸਣਾ ਫਿਰ ਜਦੋਂ ਇੰਨਾ ਖੁੱਲ ਕੇ ਦੱਸ ਮੁੱਲ ਭਾਈ ਇਹ ਆਪਾਂ ਮੁੱਲ ਦਾ ਕਰਦੇ ਆ 75000 ਰੁਪਿਆ ਹਾਂ ਠੀਕ ਆ ਭਾਈ ਤੇ 65000 ਦੀ ਹਾਂ ਨਾ ਦੇ ਦਾਂਗੇ ਦੇ ਦੇਂਗਾ ਜੇ ਬਾਈ ਚਾਂਸ ਘੋੜੀ 100% ਦਾ ਚੈੱਕ ਹੋ ਕੇ ਮਿਲੀ ਹੈ ਗੱਬਣੀ ਹੈ ਹਾਂ ਭਾਈ ਜੇ ਕਿਤੇ ਕੁਦਰਤੀ ਖਾਲੀ ਵੀ ਦਿਸ ਗਈ ਤਾਂ ਘੋੜਾ ਫੇਰੀ ਛੱਡ ਦਾਂਗੇ ਦੁਬਾਰੇ ਕੋਈ ਫੀਸ ਹਾਂ ਵੀ ਹੁਣ ਇਹ ਕਿਹੜਾ ਦੱਸਦਾ ਕਿਹੜਾ ਦੱਸਦਾ ਸੀ ਕਿਹੜਾ ਗੋੜਾ ਦਾ ਪ੍ਰਿੰਸ ਪ੍ਰਿੰਸ ਦਾ ਪ੍ਰਿੰਸ ਦਾ ਆਪਣੇ ਦਾ ਪ੍ਰਿੰਸ ਤੋਂ ਆ ਗੁੰਡਾ ਕਰ ਗਈ ਸੀ ਤੇ ਬਿਲਕੁਲ ਬਾਈ ਕੋਲੇ ਇਹ ਦੋ ਘੋੜੀਆਂ ਬਲਾਲ ਸੇਲ ਆ ਲਈਆਂ ਤੰਨੀ ਮੰਨ ਕੇ ਚਲੋ ਨਗ ਤਾਂ ਤਿੰਨ ਹੈ ਚਾਰ ਹੀ ਬਣ ਜਾਣਗੇ ਪੰਜ ਸੌ ਰੱਖੇ ਇਹ ਵੀ ਤੇ ਇਹ ਵੀ ਪੰਜ ਹੀ ਹੋ ਜਾਣਗੇ ਹੋ ਜਾਣਗੇ ਤੇ ਕੋਈ ਭਰਾ ਜੇਕਰ ਦੋਸਤੋਂ ਲੈਣਾ ਚਾਹੁੰਦਾ ਤਾਂ ਆਪਣਾ ਦਿਲਦਾਰ ਭਰਾ ਰੇਸ਼ਮ ਇਹਨੂੰ ਫੜੀ ਨੰਬਰ ਤੁਸੀਂ ਲਾ ਸਕਦੇ ਹੋ ਡਿਸਪਲੇ ਤੇ ਮੈਂ ਦੇਤਾ ਬਾਕੀ ਬੇਲੀਓ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ